ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮ ਹਰਿਓ ਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ। ਅੱਜ ਅਸੀਂ ਪੁੱਜੇ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਨੀਲੋਵਾਲ ਵਿੱਚ, ਜਿੱਥੇ ਖੇਡ ਕਬੱਡੀ ਦਾ ਉਹ ਮਹਾਨ ਯਾਫੀ ਜਿਨ੍ਹਾਂ ਦਾ ਗਰਾਊਂਡਾਂ ਦੇ ਵਿੱਚ ਨਾਮ ਗੂੰਜਿਆ, ਜਿਨ੍ਹਾਂ ਦਾ ਨਾਮ ਹੈ ਸੁਰਜੀਤ ਸਿੰਘ ਫੌਜੀ ਅਰੌਂਤਿਆਂ ਵਾਲੇ, ਜੋ ਕਿ ਅੱਜ ਕੱਲ੍ਹ ਨੀਲੋਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਰਹਿੰਦੇ ਨੇ, ਹੈਗੇ ਬੇਸ਼ੱਕ ਉਹ ਜ਼ਿਲ੍ਹਾ ਮੋਗੇ ਅਰੌਂਤਾ ਪਿੰਡ ਉਹਨਾਂ ਦਾ। ਸੋ ਆਓ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ, ਵਧੀਆ ਬਾਈ। ਚਲੋ, ਸਾਨੂੰ ਅੱਜ ਬਹੁਤ ਵਧੀਆ ਲੱਗਿਆ ਜੀ ਕਿ ਅਸੀਂ ਅੱਜ ਕਬੱਡੀ ਦੇ ਉਸ ਮਹਾਨ ਯਾਫੀ ਦੇ ਘਰ ਪੁੱਜੇ ਹਾਂ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਧੰਨ ਧੰਨ ਕਰਵਾਈ ਹੈ। ਧੰਨਵਾਦ। ਅੱਜ ਅਸੀਂ ਤੁਹਾਡੇ ਨਾਲ ਕੁਛ ਗੱਲਾਂ ਜਿਹੜੀਆਂ ਕਰਨੀਆਂ ਨੇ ਕਿ ਤੁਸੀਂ ਕਬੱਡੀ ਦੀ ਜਿਹੜੀ ਸ਼ੁਰੂਆਤ ਹੈ ਕਿਹਨੂੰ ਦੇਖ ਕੇ ਤੁਹਾਨੂੰ ਸ਼ੌਂਕ ਜਾਗਿਆ, ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕਬੱਡੀ ਖੇਡਦਾ ਸੀ? ਨਹੀਂ ਬਾਈ ਜੀ, ਸਾਡੇ ਪਰਿਵਾਰ ਦੇ ਵਿੱਚ ਤਾਂ ਕੋਈ ਨਹੀਂ ਸੀ ਪਲੇਅਰ ਜੀ, ਕਬੱਡੀ ਦਾ ਸ਼ੌਂਕ ਵੀ ਨਹੀਂ ਸੀ ਕਿਸੇ ਨੂੰ ਪਹਿਲਾਂ ਜੀ। ਪਰ ਮੈਂ ਆਪਣੇ ਨਾਨਕੇ ਪਿੰਡ ਪੜ੍ਹਦਾ ਸੀ 8ਵੀਂ ਦੇ ਵਿੱਚ, ਉੱਥੇ ਕਬੱਡੀ ਨੂੰ ਦੇਖਿਆ ਜੀ। ਉਦੋਂ ਬਾਅਦ 'ਚ ਗਾਜੀਆਣਾ ਕਾਲਾ ਗਾਗੋ ਦੀਨੇ ਵਾਲੇ ਸਾਡੇ ਇਲਾਕੇ ਦੇ ਵਧੀਆ ਪਲੇਅਰ ਸੀ ਜਿਨ੍ਹਾਂ ਦਾ ਨਾਂ ਸੀ ਜੀ, ਉਹਨਾਂ ਨੂੰ ਦੇਖ ਕੇ ਫਿਰ ਸ਼ੁਰੂਆਤ ਕਰੀ। ਮੇਰੇ ਪਿੰਡ ਦੀ ਟੀਮ ਵਧੀਆ 62 ਕਿਲੋ ਦੀ ਮੀਤੇ ਵਰਗੇ ਜੀ, ਅਤੇ ਉਹਨਾਂ ਨਾਲ ਰਲ ਕੇ ਫਿਰ ਸ਼ੁਰੂਆਤ ਕਰ ਲਈ ਜੀ। ਕਿਹੜੇ ਪਿੰਡ ਸੀ ਨਾਨਕੇ ਤੁਹਾਡੇ ਜੀ? ਮੇਰੇ ਚੜਕ ਪਏ ਜੀ, ਮੱਖਣ ਸਿੰਘ ਚੜਕ, ਬਬਲੀ ਚੜਕ ਦੇ ਜੀ ਜੀ। ਅਤੇ ਤੁਸੀਂ ਕਬੱਡੀ ਸਿੱਧੀ ਓਪਨ ਦੇ ਵਿੱਚ ਸ਼ੁਰੂ ਕੀਤੀ ਜਾਂ ਵਜਨੀ ਮੁਕਾਬਲੇ ਤੋਂ? ਨਹੀਂ ਬਾਈ ਜੀ, ਮੈਂ ਓਪਨ ਦੇ ਵਿੱਚ ਹੀ ਸ਼ੁਰੂਆਤ ਕਰੀ ਜੀ। ਪਹਿਲਾਂ ਬਾਟ ਦੀ ਟੀਮ ਸੀ ਮੀਤੇ ਵਰਗੇ ਜੀ, ਅਤੇ ਇਹ ਬਾਟ ਖੇਡਦੇ ਸੀ, ਮੈਂ ਇਹਨਾਂ ਨਾਲ ਓਪਨ ਖੇਡਦਾ ਸੀ ਜੀ ਜੀ। ਉਸ ਤੋਂ ਬਾਅਦ ਮੀਤੇ ਦੇ ਸੱਟ ਲੱਗਣ ਤੋਂ ਬਾਅਦ ਫਿਰ ਅਸੀਂ ਓਪਨ ਸਟਾਰਟ ਕਰ ਲਈ ਸੀ। ਅਤੇ ਪਿੰਡ ਪੱਧਰ ਦੇ ਮੈਚ ਖੇਡੇ ਜਾਂ ਆਲ ਦੇ ਵੀ? ਬਾਈ ਜੀ, ਮੈਂ ਪਿੰਡ ਪੱਧਰ ਵੀ ਜ਼ਿਆਦਾ ਖੇਲੀ ਹੈ ਅਤੇ ਨਾਲ ਨਾਲ ਆਲ ਓਪਨ ਦੇ ਮੈਚ ਵੀ ਜੀ। ਪਹਿਲਾਂ ਸ਼ੋਅ ਮੈਚ ਵੀ ਖੇਲੇ ਬਾਈ ਹਰਜੀਤ ਕਾਲੇ ਵਰਗਿਆਂ ਨਾਲ ਜੀ, ਕੁਛ ਬਿਜਲੀ ਬੋਰਡ ਵੱਲੋਂ ਵੀ ਲਵਾਏ ਇਹਨਾਂ ਦੇ ਐਂਟੀ ਜੀ। ਉਦੋਂ ਹਰਜੀਤ ਦੀ ਮੌਤ ਤੋਂ ਬਾਅਦ ਫਿਰ ਇਹ ਜਿਹੜੀਆਂ ਅਕੈਡਮੀਆਂ ਬਣ ਗਈਆਂ ਅਜੇ ਖਾਨੇ 99 'ਚ ਜੀ ਜੀ, ਅਤੇ ਫਿਰ ਉੱਧਰ ਬਾਜਾ ਖਾਨਾ ਅਕੈਡਮੀ ਬਣਾਈ। ਬਾਜੇ ਖਾਨੇ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ 'ਚ ਵੀ ਖੇਲਿਆ ਜੀ, ਅਤੇ ਉਦੋਂ ਬਾਅਦ 'ਚ ਅਸੀਂ ਪੱਤੋ ਹੀਰਾ ਸਿੰਘ ਅਕੈਡਮੀ ਬਣਾਈ ਸੀ, ਅਤੇ ਪੱਤੋ ਹੀਰਾ ਸਿੰਘ ਅਕੈਡਮੀ ਤੋਂ ਬਾਅਦ ਫਿਰ ਮੈਂ ਛੱਡਤੀ ਸੀ ਜੀ। ਅਤੇ ਕਦੋਂ ਸ਼ੁਰੂਆਤ ਕੀਤੀ ਸੀ, ਕਿਸ ਸੰਨ ਤੋਂ ਜੀ? ਮੈਂ ਬਾਈ ਜੀ 96 ਤੋਂ, 1996 ਤੋਂ 96 ਤੋਂ 62 ਕਿਲੋ ਤੋਂ ਸ਼ੁਰੂਆਤ ਕੀਤੀ ਕਬੱਡੀ ਓਪਨ ਤੋਂ ਸਿੱਧੀ ਓਪਨ ਤੋਂ? ਹਾਂਜੀ 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 ਜੀ। ਔਰ ਤੁਹਾਨੂੰ ਕੋਈ ਮੁਸ਼ਕਲਾਂ ਵੀ ਰਸਤੇ ਦੇ ਵਿੱਚ ਆਉਂਦੀਆਂ ਨੇ, ਜਿਵੇਂ ਕੋਈ ਵੀ ਕੰਮ ਬੰਦਾ ਸ਼ੁਰੂ ਕਰਦਾ ਤਾਂ ਉਹਦੇ ਵਿੱਚ ਦਿੱਕਤਾਂ ਵੀ ਹੁੰਦੀਆਂ ਨੇ, ਤੁਹਾਨੂੰ ਕਿਤੇ ਕੋਈ ਇੱਦਾਂ ਦੀ ਦਿੱਕਤ ਤਾਂ ਨਹੀਂ ਆਈ ਰਸਤੇ ਦੇ ਵਿੱਚ? ਨਹੀਂ ਬਾਈ ਜੀ, ਕੋਈ ਇੱਦਾਂ ਦੀ ਆਈ ਨਹੀਂ। ਪਰਮਾਤਮਾ ਨੇ ਪੂਰੀ ਭਲੀ ਰੱਖੀ, 60 ਫੇਟ ਤੋਂ ਬਚਾ ਰਿਹਾ ਜੀ, ਬਸ 60 ਫੇਟ ਹੀ ਮਜਬੂਰੀ ਹੁੰਦੀ ਹੈ। ਮੇਨ ਸਭ ਤੋਂ ਪਲੇਅਰ ਦੀ ਜਿਹੜੀ ਵੱਡੀ ਅੱਜ ਕੱਲ੍ਹ ਦੇਖਦੇ ਹਾਂ, ਜਦੋਂ ਕਈ ਵਾਰੀ ਕੋਈ ਇੱਦਾਂ ਦੀ ਸੱਟ ਵੱਜ ਜਾਂਦੀ ਕਿ ਉਹ ਪਲੇਅਰ ਸਾਰੀ ਉਮਰ ਦੁਬਾਰਾ ਉੱਠ ਨਹੀਂ ਸਕਦਾ, ਸਭ ਤੋਂ ਵੱਡੀ ਖੇਡ ਹੈ। ਪਰ ਜੇ ਸਿਆਣੇ ਕਹਿੰਦੇ ਨੇ ਵੀ ਜੇ ਇਹ ਖੇਡ ਸੱਟਾਂ ਫੇਟਾਂ ਦੀ ਹੈ, ਪਰ ਜਿਵੇਂ ਕਹਿੰਦੇ ਨੇ ਇੱਕ ਪੱਥਰ ਦੀ ਮੂਰਤ ਬਣਦੀ ਹੈ ਤਾਂ ਉਹਦੇ 'ਤੇ ਅਨੇਕਾਂ ਨੂੰ ਸੱਟਾਂ ਝਲਣੀਆਂ ਪੈਂਦੀਆਂ ਨੇ, ਜਿਹੜਾ ਕਹਿੰਦੇ ਡਿੱਗਣ ਤੋਂ ਡਰ ਜਾਓ ਕਦੇ ਘੋੜ ਸਵਾਰ ਨਹੀਂ ਬਣਦਾ। ਅਤੇ ਅੱਜ ਜਿਹੜਾ ਤੁਹਾਡਾ ਨਾਮ ਹੈ ਤਾਂ ਉਹ ਵੀ ਇਸੇ ਕਰਕੇ ਨਾ, ਜਿਹੜਾ ਬੰਦਾ ਡਰਦਾ ਨਹੀਂ, ਦਲੇਰ ਰਹਿੰਦਾ, ਹਿੰਮਤ ਰੱਖਦਾ, ਉਹ ਦੁਨੀਆ ਦੇ ਕਿਤੇ ਨਾ ਕਿਤੇ ਜਾ ਕੇ ਕਿਤੇ ਨਾ ਕਿਤੇ ਜ਼ਰੂਰ ਆਪਣੇ ਮਾਤਾ ਪਿਤਾ ਦਾ ਜਿਹੜਾ ਨਾਮ ਹੈ ਉਹ ਪ੍ਰਸਿੱਧ ਕਰਦਾ। ਅਤੇ ਤੁਸੀਂ ਕਬੱਡੀ ਦੇ ਵਿੱਚ ਬਤੌਰ ਜਾਫੀ ਬਹੁਤ ਵਧੀਆ, ਮਤਲਬ ਕਿ ਤੁਹਾਡਾ ਸੀ ਜਿਹੜਾ ਨਾਮ ਹੈ ਅੱਜ ਵੀ ਲੋਕਾਂ ਦੀ ਜ਼ਬਾਨ ਦੇ ਉੱਤੇ, ਜਦੋਂ ਕਿਤੇ ਵੀ ਟੂਰਨਾਮੈਂਟ ਹੁੰਦਾ ਤਾਂ ਜਦੋਂ ਜਿੱਥੇ ਜ਼ਿਲ੍ਹੇ ਮੋਗੇ ਦੀ ਗੱਲ ਚੱਲਦੀ ਹੈ, ਅਰੌਂਤੇ ਪਿੰਡ ਦੀ ਫੌਜੀ ਦੀ ਗੱਲ ਚੱਲਦੀ ਹੈ, ਅਤੇ ਫੌਜੀ ਜਿਹੜਾ ਸ਼ਬਦ ਹੈ ਤੁਹਾਡੇ ਨਾਮ ਦੇ ਨਾਲ, ਤੁਹਾਡਾ ਪੂਰਾ ਨਾਮ ਕਿ ਪੱਕਾ ਨਾਮ ਕੀ ਹੈ ਜੀ ਪੂਰਾ? ਮੇਰਾ ਪੱਕਾ ਨਾਮ ਸੁਰਜੀਤ ਸਿੰਘ ਹੈ ਬਾਈ ਜੀ। ਸੁਰਜੀਤ ਸਿੰਘ, ਹਾਂਜੀ। ਅਤੇ ਵੈਸੇ ਫੌਜੀ ਅਰੌਂਤਾ ਕਰਕੇ ਤੁਸੀਂ ਪ੍ਰਸਿੱਧੀ ਮਿਲੀ ਆ ਤੁਹਾਨੂੰ ਕਬੱਡੀ ਦੇ ਵਿੱਚ, ਅਤੇ ਇਹ ਫੌਜੀ ਨਾਮ ਤੁਹਾਡੇ ਨਾਮ ਦੇ ਨਾਲ ਕਿਵੇਂ ਲੱਗਿਆ ਜੀ? ਮੈਂ ਬਾਈ ਜੀ ਕੁਛ ਸਮਾਂ ਫੌਜ ਦੇ ਵਿੱਚ ਰਿਹਾ 1.5 ਸਾਲ ਜੀ,
ਟ੍ਰੇਨਿੰਗ ਕਰੀ, ਕਮਾਂਡੋ ਕਰੀ, ਉਦੋਂ ਬਾਅਦ 'ਚ ਬਸ ਇਹ ਕਬੱਡੀ ਦੀ ਚੇਟਕ ਨਾਲ ਹੀ ਜੀ ਇੱਧਰ ਵਾਪਸ ਆ ਗਏ। ਵਾਪਸ ਆ ਗਏ, ਮਤਲਬ ਕਿ ਮਨ ਦੇ ਵਿੱਚ ਜਿਹੜਾ ਜਨੂੰਨ ਸੀ ਨਾ, ਜਿਹੜਾ ਖੂਨ ਖੋਲਦਾ ਸੀ ਕਿ ਆਪਾਂ ਕਬੱਡੀ ਖੇਡੀਏ, ਕਬੱਡੀ ਦਾ ਜਿਹੜਾ ਇਸ਼ਕ ਸੀ ਉਹ ਤੁਹਾਨੂੰ ਮਤਲਬ ਕਿ ਤੁਹਾਨੂੰ ਉਹਨੇ ਫੌਜ ਦੇ ਵਿੱਚ ਟਿਕਣ ਨਹੀਂ ਦਿੱਤਾ ਉੱਥੋਂ ਤੁਸੀਂ, ਕਿਉਂਕਿ ਬੰਦੇ ਦਾ ਸਭ ਤੋਂ ਮੇਨ ਚੀਜ਼ ਸ਼ੌਂਕ ਹੁੰਦਾ, ਜਿਹਦੇ ਜਿਹੜਾ ਬੰਦਾ ਦਿਲੋਂ ਆਪਣੇ ਸ਼ੌਂਕ ਨੂੰ ਪਿਆਰ ਕਰਦਾ ਉਹ ਦੁਨੀਆ 'ਤੇ ਕਿਤੇ ਵੀ ਨਹੀਂ ਟਿਕ ਸਕਦਾ, ਉਹਨੂੰ ਸਭ ਤੋਂ ਪਹਿਲਾਂ ਤਾਂ ਸ਼ੌਂਕ ਦੀ ਹੈ। ਬਿਲਕੁਲ ਉਹੀ ਤੁਹਾਡੇ ਨਾਲ ਹੋਇਆ ਵੀ ਤੁਸੀਂ ਇੱਕ ਸਿਰਫ ਕਬੱਡੀ ਨੂੰ ਆਪਣਾ ਸਾਰਾ ਕੁਛ ਮੰਨਦੇ ਹੋਏ ਫੌਜ ਦੀ ਨੌਕਰੀ ਛੱਡ ਕੇ ਆ ਕੇ ਫਿਰ ਕਬੱਡੀ ਖੇਡਣੀ ਸ਼ੁਰੂ ਕੀਤੀ। ਹਾਂਜੀ ਬਾਈ ਜੀ, ਮੈਂ 96 'ਚ ਬਾਈ ਜੀ ਕਬੱਡੀ ਖੇਡਣੀ ਸ਼ੁਰੂ ਕਰੀ ਫੌਜ ਛੱਡ ਕੇ ਆ ਕੇ ਜੀ, ਅਤੇ 96 'ਚ ਮੈਂ ਪਹਿਲੇ ਸਾਲ ਹੀ ਪੰਜਾਬ ਕਬੱਡੀ ਚੈਂਪੀਅਨਸ਼ਿਪ ਦਾ ਬੈਸਟ ਜਾਫੀ ਸੀਗਾ। ਵਾਹ ਜੀ ਵਾਹ, ਸਭ ਤੋਂ ਵੱਡੀ ਤਾਂ ਪਰਮਾਤਮਾ ਦੀ ਇਹੀ ਦੇਣ ਸੀ ਕਿ ਪਹਿਲੇ ਸਾਲ ਹੀ ਖੇਡ ਕੇ ਪਹਿਲੇ ਸਾਲ ਹੀ ਮੈਂ ਬੈਸਟ, ਪਹਿਲੇ ਸਾਲ ਹੀ ਖੇਡੇ, ਪਹਿਲੇ ਸਾਲ ਹੀ ਪੰਜਾਬ ਦਾ ਬੈਸਟ ਜਾਫੀ, ਪਹਿਲੇ ਸਾਲ ਹੀ ਪੰਜਾਬ ਦੇ ਬੈਸਟ ਜਾਫੀ ਬਣੇ। ਹਾਂਜੀ ਹਾਂਜੀ, ਇਹ ਵੀ ਬਹੁਤ ਵਧੀਆ ਤੁਹਾਡੇ ਵਾਸਤੇ, ਮੁਬਾਰਕਬਾਦ ਹੈ ਜੀ। ਔਰ ਉਸ ਤੋਂ ਬਾਅਦ ਤੁਹਾਡਾ ਕੋਈ ਬਾਹਰ ਦਾ ਟੂਰ? ਬਾਹਰ ਦਾ ਬਾਈ ਜੀ ਮੇਰਾ 97 'ਚ ਮੈਨੂੰ ਸਪੋਂਸਰ ਆਉਣੀਆਂ ਸ਼ੁਰੂ ਹੋ ਗਈਆਂ ਸੀ ਜੀ, ਪਰ ਪਰਮਾਤਮਾ ਦੀ ਜਿਹੜੀ ਆਪਾਂ ਕਰੀਏ ਕਿਸਮਤ ਦੀ ਜਾਂ ਬੈਡ ਲੱਕ ਆਪਣੀ, ਹਾਂਜੀ ਹਾਂਜੀ ਹਾਂਜੀ, ਵੀ ਵੀਜ਼ਾ ਨਹੀਂ ਮਿਲਿਆ ਮੈਨੂੰ ਜੀ, ਇੰਗਲੈਂਡ ਤੋਂ ਵੀ ਕੈਨੇਡਾ ਤੋਂ ਵੀ ਕਾਫੀ ਸਪੋਂਸਰ ਹੋਇਆ ਸੀ ਜੀ, ਅਤੇ 2000 ਦੇ ਵਿੱਚ ਸਾਡਾ ਇੰਗਲੈਂਡ ਦੇ ਵੀਜ਼ੇ ਲੱਗੇ ਸੀ 84 ਜਣਿਆਂ ਦੇ, ਉਹ ਵੀ ਕੱਟ ਹੋ ਗਏ ਸੀਗੇ। ਅੱਛਾ ਜੀ, ਅਤੇ ਉਦੋਂ ਬਾਅਦ 'ਚ ਬਈ 2002 'ਚ ਫਿਰ ਮੈਂ ਪਰਮਿਟ 'ਤੇ ਜੀ ਮੋਗਾ ਸਪੋਰਟਸ ਕਲੱਬ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ, ਉੱਥੇ ਬਈ ਬਿੱਲਾ ਭਿੰਡਰ ਜੀ ਅਤੇ ਬਿੰਦਰ ਰੱਜੀਆਂ ਨੇ ਲੱਗੇ ਬਈ, ਕਾਲੇ ਬਾਈ ਨੇ ਬਹੁਤ ਸਹਿਯੋਗ ਦਿੱਤਾ ਸੀ, ਰਾਜੇ ਨੇ ਗਾਜੀ ਨੇ ਲੈਣੇ ਜੀ। ਹਾਂਜੀ, ਅਤੇ ਹੁਣ ਤੱਕ ਦੇ ਤੁਹਾਨੂੰ ਮਿਲੇ ਹੋਏ ਸਨਮਾਨਾਂ ਦੇ ਵਿੱਚੋਂ ਕੋਈ ਸਭ ਤੋਂ ਅਹਿਮ ਸਨਮਾਨ ਤੁਹਾਡਾ ਹੋਵੇ? ਬਾਈ ਜੀ ਸਨਮਾਨ ਤਾਂ ਵੈਸੇ ਮੇਰਾ ਕੋਈ ਸਪੈਸ਼ਲ ਸਨਮਾਨ ਤਾਂ ਕੋਈ ਨਹੀਂ ਹੋਇਆ, ਜਿਵੇਂ ਆਪਾਂ ਕਹਿ ਦਈਏ ਵੀ ਕਿਤੇ ਵੀ ਬੁਲਾ ਕੇ ਸਪੈਸ਼ਲ ਸਨਮਾਨ ਜੀ, ਉਹਦਾ ਜਿਹੜਾ ਆਮ ਚੱਲਦਾ ਟਰਾਫੀਆਂ ਨਾਲ ਉਹੀ ਹੋ ਰਿਹਾ ਜੀ, ਅਤੇ ਬਾਕੀ ਆਪਣਾ ਤੁਹਾਨੂੰ ਪਤਾ ਹੀ ਆ ਕਿ ਆਪਾਂ ਛੱਟੇ ਮਾਰਨੇ ਸਨਮਾਨਤ ਵੀ, ਮੈਨੂੰ ਲੱਗਦਾ ਉਹਨਾਂ ਦੀ ਹੁੰਦੇ ਆ ਜਿਹੜੇ ਉਹ ਚੱਲ ਰਿਹਾ ਆਪਾਂ ਆਮ ਦੇਖਦੇ ਹਾਂ ਜੀ, ਥੋੜ੍ਹਾ ਬਹੁਤ ਅੱਗੇ ਨੂੰ ਜੀ ਭਾਈ ਵੱਧ ਕਹਿੰਦੇ ਆ ਤਾਂ ਸਨਮਾਨਤ ਜੀ, ਅਤੇ ਜਿਹੜਾ ਸਨਮਾਨਤ ਆਪਾਂ ਨੂੰ ਮੈਨੂੰ ਲੱਗਦਾ ਮੰਨਦਾ ਵੀ ਇੱਕ ਉਹਨਾਂ ਦਿਨਾਂ 'ਚ ਇੱਕ ਸਾਈਕਲ ਸੀਗਾ ਡਾਲੇ ਟੂਰਨਾਮੈਂਟ 'ਤੇ ਜੀ, ਮੇਰੀ ਜ਼ਿੰਦਗੀ 'ਚ ਇੱਕੋ ਥਾਂ ਹੀ ਸੀ ਬੈਸਟ ਪ੍ਰਾਈਜ਼ ਅਤੇ ਉਹੀ ਮੈਂ ਜਿੱਤਿਆ ਸੀ। ਹਾਂ, ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਪ੍ਰਾਈਜ਼ ਵੀ ਘੱਟ ਸੀ, ਮਤਲਬ ਡਾਲੇ ਦੇ ਕਬੱਡੀ ਟੂਰਨਾਮੈਂਟ ਦੇ ਉੱਤੇ ਡਾਲਾ ਪਿੰਡ, ਜ਼ਿਲ੍ਹਾ ਮੋਗੇ ਦਾ ਡਾਲਾ ਪਿੰਡ ਦੇ ਵਿੱਚ, ਉੱਥੇ ਬੈਸਟ ਜਾਫੀ ਵਾਸਤੇ ਸਾਈਕਲ ਸੀ। ਹਾਂਜੀ ਹਾਂਜੀ, ਅਤੇ ਤੁਸੀਂ ਉਹ ਉੱਥੇ ਬੈਸਟ ਜਾਫੀ ਬਣੇ? ਹਾਂਜੀ, ਕਿੰਨੇ ਜਫੇ ਲਾਏ ਸੀ ਉੱਥੇ ਬਾਈ ਜੀ? ਮਤਲਬ 3 ਕੁ ਜਫੇ ਸੀਗੇ ਮੇਰੇ ਫਾਈਨਲ ਮੈਚ 'ਚ, ਥੋੜ੍ਹੀਆਂ ਗੋਡੀਆਂ ਸੀ 7-8 ਕੇ ਜੀ। ਹਾਂਜੀ ਜੀ, ਅਤੇ ਕੁਛ ਯਾਦ ਹੋਣਾ ਕਿ ਉਹ ਜਫੇ ਲਾਏ ਕਿਹਨੂੰ ਸੀ? ਕੌਂਕਿਆਂ ਦਾ ਹੀ ਮੁੰਡਾ ਜਗਦੀਪ ਨਵਾਂ ਉੱਠਿਆ ਸੀ ਜੀ, ਹਰਦੀਪ ਜੀ, ਹਰਦੀਪ ਥੋੜ੍ਹੇ ਸਾਲ ਹੀ ਖੇਲਿਆ, ਉਹ ਬਹੁਤ ਸੋਹਣਾ ਖੇਲਿਆ ਸੀ ਮੁੰਡਾ ਜੀ। ਹਾਂਜੀ, ਅਤੇ ਉਹ ਜਿਹੜਾ ਸਾਈਕਲ ਹੈ, ਕਿਉਂਕਿ ਅੱਜ ਤਾਂ ਕੰਬਾਈਨਾਂ, ਹੋਰ ਟਰੈਕਟਰ, ਹੋਰ ਪਤਾ ਨਹੀਂ ਕੀ ਕੁਛ ਕਬੱਡੀ ਦੇ ਵਿੱਚ ਆਮ ਹੋ ਗਏ ਨੇ, ਪਰ ਉਸ ਟਾਈਮ 'ਤੇ ਤਾਂ ਸਾਈਕਲ ਵੀ ਜਿਹੜਾ ਬੁਲਟ ਨਾਲੋਂ ਘੱਟ ਨਹੀਂ ਸੀ, ਕਿਉਂਕਿ ਸਮੇਂ ਦੀ ਗੱਲ ਹੈ, ਜਿਸ ਸਮੇਂ 'ਤੇ ਜਿਹੜੀ ਚੀਜ਼ ਮਿਲਦੀ ਹੈ ਉਹ ਉਸ ਟਾਈਮ 'ਤੇ ਹੀ, ਮਤਲਬ ਕਿ ਉਹਦੀ ਕੋਈ ਕੀਮਤ ਨਹੀਂ ਹੁੰਦੀ ਜਦੋਂ ਵੀ ਬੰਦੇ ਨੂੰ ਕੋਈ ਇੱਦਾਂ ਦਾ ਮਾਨ ਸਨਮਾਨ ਜੋ ਮਿਲਦਾ। ਔਰ ਤੁਹਾਡੇ ਇਸ ਮੁਕਾਮ ਤੱਕ ਪੁੱਜਣ 'ਤੇ ਤੁਹਾਨੂੰ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ, ਉਹ ਕਿੰਨਾ ਦਾ ਰਿਹਾ ਜੀ? ਬਾਈ ਜੀ ਇੱਥੇ ਪਹੁੰਚਣ ਲਈ ਜੇ ਆਪਾਂ ਸਹਿਯੋਗ ਮੰਨੀਏ ਤਾਂ ਮੇਰੇ ਫਾਦਰ ਸਾਹਿਬ ਦਾ ਹੀ ਹੈ ਜੀ, ਕਿ ਮੇਰੇ ਮਦਰ ਤਾਂ ਕੁਛ ਢਿੱਲ ਮੱਠ ਜੀ ਜ਼ਿਆਦਾ ਹੀ ਰਹਿੰਦੀ ਸੀ ਜੀ, ਅਤੇ ਜਿਹੜੀ ਮੇਰੀ ਕੇਅਰ ਸੀ ਖੁਰਾਕ ਦੀ ਹੋਰ ਉਹ ਮੇਰੇ ਫਾਦਰ ਸਾਹਿਬ ਹੀ ਕਰਦੇ ਸੀ ਜੀ, ਬਾਕੀ ਬ੍ਰਦਰ ਵੀ ਮੇਰੇ ਨੇ ਕਦੇ ਮੈਨੂੰ ਇਹ ਗੱਲ ਤੋਂ ਨਹੀਂ ਰੋਕਿਆ ਟੋਕਿਆ ਵੀ ਕਿਸੇ ਤਰ੍ਹਾਂ ਵੀ, ਸਾਰੀ ਫੈਮਿਲੀ ਦਾ ਵਧੀਆ ਸਹਿਯੋਗ ਰਿਹਾ ਮੈਨੂੰ ਬਾਈ। ਹਾਂਜੀ, ਹੈ ਤਾਂ ਬਿਲਕੁਲ, ਸਹਿਯੋਗ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਪਰ ਫਿਰ ਵੀ ਪਰਿਵਾਰ ਦਾ ਜਿੱਥੇ ਮਾਤਾ ਦਾ ਪਿਤਾ ਦਾ ਸਹਿਯੋਗ ਸੀ, ਉਸ ਤੋਂ ਬਿਨਾਂ ਵੀ ਕਈ ਇਨਸਾਨ ਇੱਦਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੀ ਬਦੌਲਤ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ।
ਕੋਈ ਇੱਦਾਂ ਦਾ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ? ਬਾਈ ਜੀ, ਜੇ ਆਪਾਂ ਮੰਨੀਏ ਕਿ ਮੇਰੀ ਜ਼ਿੰਦਗੀ ਦਾ ਤਾਂ ਹੁਣ ਮੇਰੀ ਪਤਨੀ ਆ ਸਭ ਕੁਛ ਜੀ, ਬਿਲਕੁਲ ਜੀ, ਜਿਹਦੇ ਆਉਣ ਨਾਲ ਮੇਰੀ ਜ਼ਿੰਦਗੀ ਬਦਲੀ ਹੈ, ਜ਼ਿੰਦਗੀ ਬਦਲੀ ਹੈ। ਅਤੇ ਬਾਕੀ ਅਜਮੇਰ ਜਲਾਲ ਹੈ ਜਿਨ੍ਹਾਂ ਨੇ ਸਾਨੂੰ ਮਿਲਾਇਆ ਮਿਲਾਇਆ ਜੀ। ਬਾਕੀ ਕਹਿੰਦੇ ਸਹਿਯੋਗ ਹੈ, ਪਰ ਸਹਿਯੋਗ ਮਿਲਾਉਣ ਵਾਲਾ ਬੰਦਾ ਵੀ ਸਭ ਤੋਂ ਬਿਲਕੁਲ ਜੀ, ਵਿਚੋਲੇ ਬਿਨਾਂ ਤਾਂ ਗੱਲ ਨਹੀਂ ਬਣਦੀ ਫਿਰ ਜੀ। ਉਹ ਵੀ ਆਪਣਾ ਭਰਾ ਹੈ, ਬਿਲਕੁਲ ਜੀ, ਅਸੀਂ ਇਕੱਠੇ ਖੇਡੇ ਵੀ ਹਾਂ, ਬਹੁਤ ਪਿਆਰ ਵੀ ਹੈ ਸਾਡੇ ਵਿੱਚ ਜੀ। ਹਾਂਜੀ, ਅਤੇ ਚਲੋ ਇਹ ਤਾਂ ਮੇਨ ਚੀਜ਼ ਆ ਗਈ। ਔਰ ਦੂਸਰਾ, ਤੁਹਾਡਾ ਪਿੰਡ ਹੈ ਜਿਹੜਾ ਰੌਂਤਾ, ਜ਼ਿਲ੍ਹਾ ਮੋਗੇ ਦੇ ਵਿੱਚ, ਅਤੇ ਅੱਜ ਕੱਲ੍ਹ ਤੁਸੀਂ ਜ਼ਿਲ੍ਹਾ ਸੰਗਰੂਰ ਦੇ ਨੀਲੋਵਾਲ ਪਿੰਡ ਦੇ ਵਿੱਚ ਰਹਿੰਦੇ ਹੋ, ਇੱਥੇ ਆਉਣ ਦਾ ਸਬੱਬ ਕਿਸ ਤਰ੍ਹਾਂ ਜੀ? ਬਾਈ ਜੀ, ਮੈਰਿਜ ਤੋਂ ਬਾਅਦ ਬਸ ਜਿੱਦਾਂ ਇੱਥੇ ਲੋੜ ਸੀਗੀ ਵੀ ਰਹਿਣ ਦੀ ਜੀ, ਅਤੇ ਫਿਰ ਇੱਥੇ ਹੀ ਰਹਿਣਾ ਪਿਆ ਮੈਨੂੰ ਜੀ। ਹੁਣ ਸੰਗਰੂਰੀਏ ਬਣ ਕੇ ਰਹਿੰਦੇ ਹਾਂ। ਨਹੀਂ ਨਹੀਂ ਚਲੋ ਵਧੀਆ ਗੱਲ ਹੈ ਜੀ, ਸੰਗਰੂਰੀ ਬਣ ਕੇ ਰਹੋ, ਜਿੱਥੇ ਵੀ ਰਹੋ ਖੁਸ਼ ਰਹੋ, ਜ਼ਿੰਦਗੀ ਆ ਹੁਣ ਲੱਗਦਾ ਵੀ ਇੱਥੇ ਹੀ ਹੈ, ਇੱਥੇ ਹੀ ਹੈ ਜੀ। ਬਿਲਕੁਲ, ਬੰਦਾ ਜਿੱਥੇ ਰਹਿੰਦਾ ਫਿਰ ਉੱਥੇ ਹੀ ਮੋਹ ਪੈ ਜਾਂਦਾ, ਉੱਥੋਂ ਦੇ ਲੋਕਾਂ ਨਾਲ, ਉੱਥੋਂ ਦੀ ਮਿੱਟੀ ਨਾਲ, ਉੱਥੋਂ ਦਾ ਆਲਾ ਦੁਆਲਾ ਜਿਹੜਾ ਉਹ ਬਿਲਕੁਲ ਬੰਦੇ ਨੂੰ ਆਪਣਾ ਆਪਣਾ ਜਾਪਣ ਲੱਗ ਜਾਂਦਾ ਜੀ। ਉੱਥੇ ਹੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਵਧੀਆ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਵੀ ਕਿ ਤੁਸੀਂ ਜਿਹੜੀ ਜ਼ਿੰਦਗੀ ਆਉਣ ਵਾਲੀ ਸਮਾਂ ਉਹ ਵੀ ਮਤਲਬ ਕਿ ਬਹੁਤ ਵਧੀਆ ਗੁਜ਼ਾਰੋ। ਇਹ ਬਾਈ ਜੀ, ਆਪਾਂ ਨੂੰ ਚਲੋ ਖੇਡਦੇ ਕਰਕੇ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਆਈ ਇੱਥੇ ਰਹਿਣ ਦੀ ਜੀ, ਕਿਉਂ ਪਹਿਲਾਂ ਸੁਰਿੰਦਰ ਸਿੰਘ ਜਖੇਪਰ ਨੇੜੇ ਆ ਗਿਆ, ਪਿੰਡ ਉਹਦਾ ਵੀ ਨੇੜੇ ਆ ਗਿਆ, ਹਾਂਜੀ ਹਾਂਜੀ ਹਾਂਜੀ, ਮੱਟ ਦਾ ਸ਼ਿਰੋਂ ਦਾ ਨੇੜੇ ਆ ਗਿਆ, ਕੁਲਦੀਪ ਦਾ ਨੇੜੇ ਆ ਗਿਆ, ਇਹਨਾਂ ਦਾ ਕਰਕੇ ਮੇਰਾ ਥੋੜ੍ਹਾ ਜਿਹਾ ਚਲੋ ਵਧੀਆ ਹੀ। ਹਾਂਜੀ, ਮਿੱਤਰ ਮੰਡਲੀ ਸੀ ਜਿਹੜੇ, ਯਾਰ ਦੋਸਤ ਸੀ ਜਿਹਨਾਂ ਨਾਲ ਆਪਣਾ ਮੇਲ ਗੇਲ ਸੀ, ਮਤਲਬ ਉਹ ਇੱਥੇ ਮਿਲਦੇ ਰਹਿੰਦੇ ਨੇ ਤੁਹਾਨੂੰ, ਹਾਂਜੀ ਹਾਂਜੀ, ਤੁਸੀਂ ਵੀ ਜਾ ਆਉਂਦੇ ਹੋ, ਉਹ ਵੀ ਤੁਹਾਡੇ ਕੋਲ ਆ ਜਾਂਦੇ ਨੇ ਜੀ। ਔਰ ਇੱਕ ਅੱਜ ਕੱਲ੍ਹ ਜਿਹੜਾ ਹੁਣ ਆਮ ਤੌਰ 'ਤੇ ਜ਼ਿਆਦਾ ਤਵਾ ਕਬੱਡੀ ਦੇ ਵਿੱਚ ਲੱਗਿਆ ਹੋਇਆ, ਨਸ਼ਿਆਂ ਦਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਪਲੇਅਰ ਨੇ ਆਪਣੇ ਜਾਂ ਹੁਣ ਪਲੇਅਰ ਖੇਡ ਰਹੇ ਨੇ? ਆਪਾਂ ਆਮ ਤੌਰ 'ਤੇ ਟੂਰਨਾਮੈਂਟ ਦੇ ਵਿੱਚ ਕਾਫੀ ਜ਼ਿਆਦਾ ਦੇਖਦੇ ਹਾਂ, ਰੌਲਾ ਕਲੇਸ਼ ਪੈਂਦਾ ਰਹਿੰਦਾ, ਕੋਈ ਕਿਸੇ ਦੀ ਸੁਣਦਾ ਨਹੀਂ। ਬਾਈ ਜੀ, ਮੈਂ ਤਾਂ ਪਲੇਅਰ, ਮੇਰੇ ਛੋਟੇ ਵੀਰ ਹੈ, ਮੇਰੇ ਪੁੱਤਰਾਂ ਵਰਗੇ ਵੀ ਹੈ ਜੀ, ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੀ ਜਿਹੜਾ ਨਸ਼ੇ 'ਤੇ ਕਲੰਕ ਲੱਗ ਰਿਹਾ ਕਬੱਡੀ 'ਤੇ, ਨਸ਼ੇ ਦਾ ਜੀ, ਇਹਨੂੰ ਆਪਾਂ ਪ੍ਰੈਕਟਿਸ ਕਰੋ, ਚੰਗੀ ਕਬੱਡੀ ਖੇਡ ਕੇ ਨਸ਼ੇ ਦੇ ਕਲੰਕ ਨੂੰ ਦੂਰ ਕਰੋ। ਹਾਂਜੀ, ਜੇ ਆਪਾਂ ਵਧੀਆ ਕਬੱਡੀ ਖੇਡਾਂਗੇ ਤਾਂ ਆਪਣੇ ਸਰੀਰ ਦਾ ਜੁੱਸੇ ਤੋਂ ਪਤਾ ਲੱਗੂ ਕਿ ਆਪਣੇ 'ਚ ਨਸ਼ਾ ਹੈ ਨਹੀਂ ਗਾ, ਹੈ ਨਹੀਂ ਗਾ ਜੀ। ਵੈਸੇ ਨਸ਼ਾ ਤਾਂ ਆਪਾਂ ਮੰਨ ਵੀ ਨਹੀਂ ਸਕਦੇ, ਅਤੇ ਜਿਹੜਾ ਲੋਕਾਂ ਕਹਿ ਰਹੇ ਆ ਅਤੇ ਉਹਨੂੰ ਆਪਾਂ ਦਰਕਾਰ ਵੀ ਨਹੀਂ ਸਕਦੇ, ਕਰ ਨਹੀਂ ਸਕਦੇ, ਕਿਉਂਕਿ ਕਾਫੀ ਟੂਰਨਾਮੈਂਟ ਦੇ ਉੱਤੇ ਦੇਖਦੇ ਹਾਂ ਕਿ ਜਦੋਂ ਇੱਕ ਮੈਚ ਦੇ ਵਿੱਚ ਥੋੜ੍ਹਾ ਜਿਹਾ ਵੀ ਰੌਲਾ ਪੈ ਜਾਂਦਾ ਕਿਸੇ ਪੁਆਇੰਟ ਦਾ, ਉਹ ਇਹ ਨਹੀਂ ਪਤਾ ਵੀ 2 ਘੰਟੇ ਨਾ ਨਿਬੜੇ, ਕਈ ਵਾਰੀ ਕਈ ਟੂਰਨਾਮੈਂਟ 'ਤੇ ਟੂਰਨਾਮੈਂਟ ਵੀ ਕੈਂਸਲ ਕਰਨੇ ਪੈ ਜਾਂਦੇ ਨੇ ਪ੍ਰਬੰਧਕ ਵੀਰਾਂ ਨੂੰ ਕਾਫੀ ਜ਼ਿਆਦਾ ਹੱਦ ਤੱਕ, ਕਿਉਂਕਿ ਖੇਡਾਂ ਸਾਨੂੰ ਇੱਕ ਪਿਆਰ, ਇਨਸਾਨੀਅਤ ਸਿਖਾਉਂਦੀਆਂ ਨੇ, ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਰਹਿੰਦਾ ਕਿ ਜਦੋਂ ਪਲੇਅਰ ਰੈਫਰੀ ਨਾਲ ਧੱਕਾ ਮੁੱਕੀ ਕਰਦੇ ਨੇ ਜਾਂ ਰੌਲਾ ਪਾਉਂਦੇ ਨੇ, ਕਮੇਟੀਆਂ ਨਾਲ ਵੀ ਕਈ ਥਾਂ 'ਤੇ ਲੜ ਪੈਂਦੇ ਨੇ ਆਪਸ ਦੇ ਵਿੱਚ, ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਕਬੱਡੀ ਨੂੰ ਜਿਹੜਾ ਪਿੱਛੇ ਲੈ ਕੇ ਜਾ ਰਹੀਆਂ ਨੇ। ਬਾਈ ਜੀ, ਜੇ ਮੰਨੀਏ ਤਾਂ ਇਹ ਰੌਲੇ ਗੋਲੇ ਤਾਂ ਸਾਡੇ ਵੇਲੇ ਵੀ ਪੈਂਦੇ ਆਏ ਆ ਜੀ, ਪਰ ਉਹਨਾਂ ਦਿਨਾਂ 'ਚ ਜੇ ਰੌਲਾ ਪੈਂਦਾ ਸੀ ਤਾਂ ਕੋਈ ਕਿਰਾਏ ਪਿੱਛੇ ਪੈਂਦਾ ਸੀ, ਕਿਰਾਏ ਪਿੱਛੇ ਪੈਂਦਾ ਸੀ ਜੀ, ਵੀ ਇੱਕ ਟੀਮ ਨੂੰ ਕਿਰਾਇਆ ਨਹੀਂ ਦਿੱਤਾ ਤਾਂ ਟੀਮਾਂ ਦੇ ਵਿੱਚ ਇੱਕ ਹੁੰਦਾ ਸੀ ਵੀ ਸਾਰੀਆਂ ਟੀਮਾਂ ਨਹੀਂ ਖੇਡਦੀਆਂ, ਟੂਰਨਾਮੈਂਟ ਖਰਾਬ ਹੋ ਜਾਂਦਾ ਸੀ ਜੀ। ਜੇ ਹੁਣ ਆਪਾਂ ਜਿਹੜੇ ਰੌਲੇ ਗੋਲੇ ਮੰਨਦੇ ਹਾਂ, ਜੇ ਇਹਨਾਂ ਨੂੰ ਪਲੇਅਰ ਰੌਲਾ ਪਾਉਂਦਾ, ਮੈਂ ਤਾਂ ਕਈ ਲਾਈਵ ਦੇਖਦਾ ਹੁੰਦਾ, ਮੈਂ ਟੂਰਨਾਮੈਂਟ 'ਤੇ ਘੱਟ ਜਾਂਦਾ, ਮੇਰੇ ਹਿਸਾਬ ਨਾਲ ਕਿ ਕੁਛ ਮਾੜੇ ਪਲੇਅਰ ਤਾਂ ਰੌਲਾ ਨਹੀਂ ਪਾ ਰਹੇ ਜੀ, ਚੰਗੇ ਪਲੇਅਰਾਂ ਦਾ ਹੀ ਰੌਲਾ ਹੁੰਦਾ, ਚੰਗਿਆਂ ਦਾ ਹੁੰਦਾ ਜੀ, ਅਤੇ ਲੋਕ ਵੀ ਆਪਣੇ ਉਹ ਚੰਗੇ ਪਲੇਅਰਾਂ ਦਾ ਕਰਕੇ ਟੂਰਨਾਮੈਂਟ ਰੋਕਦੇ ਆ, ਉਹਨਾਂ ਨੂੰ ਚਾਹੀਦਾ ਵੀ ਆਪਾਂ ਜਿਹੜੀ ਆਪਣੀਆਂ ਸਪੋਰਟਸਮੈਨਸ਼ਿਪ ਆ ਉਹਦੇ ਨਾਲ ਖੇਡੀਏ, ਅਤੇ ਲੋਕ ਆਪਾਂ ਨੂੰ ਦੇਖਣ ਆਉਂਦੇ, ਆਪਾਂ ਨੂੰ ਚੰਗੀ ਕਬੱਡੀ ਦਿਖਾਈਏ। ਹਾਂਜੀ ਹਾਂਜੀ ਹਾਂਜੀ,
ਜੇ ਆਪਾਂ ਹਾਰਦੇ ਵੀ ਹਾਂ ਤੇ ਉਹਦਾ ਬਲੇਮ ਆਪਾਂ ਕਿਤੇ ਰੈਫਰੀ ਤੇ ਜਾਂ ਕਮੈਂਟਰੀ ਵਾਲੇ ਤੇ ਨਾ ਲਾਈਏ, ਮੰਨ ਕੇ ਜੇ ਆਪਾਂ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਦੇਖੀਏ ਜੇ ਹਾਰ ਉਹਨਾਂ ਨੂੰ ਦੂਰ ਕਰਕੇ ਆਪਾਂ ਉਹਨੂੰ ਅੱਗੇ। ਬਿਲਕੁਲ ਜੀ, ਜਿਵੇਂ ਉਹ ਕਹਿੰਦੇ ਨੇ ਵੀ ਇੱਕ ਹਾਰ ਨਾਲ ਕੋਈ ਫਕੀਰ ਨਹੀਂ ਬਣਦਾ ਤੇ ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦਾ। ਹਾਰ ਜਿੱਤ ਚੱਲਦੀ ਰਹਿੰਦੀ ਹੈ, ਜਿੱਤ ਦਾ ਸਵਾਦ ਉਹ ਲੈ ਸਕਦਾ ਜਿਹੜਾ ਹਾਰਿਆ ਹੋਵੇ। ਹਾਰਿਆ ਹੋਵੇ ਤੇ ਜੇ ਆਪਾਂ ਹਾਰ ਦੇ ਵਿੱਚ ਰੁੱਝੇ ਰਵਾਂਗੇ ਹਾਂਜੀ ਹਾਂਜੀ ਤਾਂ ਹਾਰ ਹੀ ਹੈ। ਜੇ ਆਪਾਂ ਉਹਨੂੰ ਕਮੀਆਂ ਪੇਸ਼ੀਆਂ ਦੂਰ ਕਰਕੇ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਵੱਧ ਸਕਦੇ ਹਾਂ, ਕੋਈ ਏਡੀ ਖਾਸ ਗੱਲ ਨਹੀਂ, ਪ੍ਰੈਕਟਿਸ ਕਰੋ। ਬਿਲਕੁਲ ਜੀ, ਮਿਹਨਤ, ਚੰਗੀ ਖੁਰਾਕ ਖਾਓ। ਬਿਲਕੁਲ ਜੀ, ਮਿਹਨਤ ਦੇ ਨਾਲ ਹੀ ਸਾਰਾ ਕੁਛ ਹੈ ਜੀ। ਔਰ ਤੁਸੀਂ ਇੱਕ ਇੱਦਾਂ ਦਾ ਟੂਰਨਾਮੈਂਟ ਦੱਸੋ ਜਿੱਥੇ ਤੁਸੀਂ ਕਿਸੇ ਇੱਦਾਂ ਦੇ ਪਲੇਅਰ ਨੂੰ ਜਫਾ ਲਾਇਆ ਹੋਵੇ ਜਿਹਨੂੰ ਜਫਾ ਲੱਗਦਾ ਵੀ ਘੱਟ ਹੋਵੇ ਅਤੇ ਹੋਵੇ ਵੀ ਸਟਾਰ। ਬਾਈ ਜੀ ਇੱਦਾਂ ਪਤਾ ਨਹੀਂ ਲੱਗਦਾ, ਜਫੇ ਲੱਗ ਜਾਂਦੇ ਨੇ ਹਾਂਜੀ। ਪਰ ਉਹਨਾਂ ਦੇ ਨਾਲ ਜਿੱਦਾਂ ਬਾਈ ਜੀ ਇਹੋ ਜਿਹੀ ਮਾਹੌਲ ਸੀ ਜਿਹੜਾ ਮੈਂ ਕਬੱਡੀ ਖੇਡੀ ਹੈ ਉਦੋਂ ਹਰਜੀਤ ਸੀ ਬਾਜਾ ਖਾਨਾ ਜਿਹਨੂੰ ਜਫਾ ਨਹੀਂ ਸੀ ਲੱਗਦਾ ਜੀ। ਬਾਕੀ ਤਾਂ ਪਲੇਅਰਾਂ ਨੂੰ ਜੇ ਜਫਾ ਹੁੰਦਾ ਸੀ ਇੱਕ ਦੋ ਜਫੇ ਹੁੰਦੇ ਹੀ ਸੀ ਜੀ ਮੈਚ ਦੇ ਵਿੱਚ। ਬਾਕੀ ਪਰਮਾਤਮਾ ਦੀ ਮਿਹਰ ਹੀ ਹੈ ਵੀ ਜਿਹਦੇ ਨਾਲ ਵੀ ਹੱਥ ਜੁੜੇ ਆ ਤੇ ਜਫਾ ਤਾਂ ਹੁੰਦਾ ਹੀ ਸੀ, ਕਦੇ ਇਹਦਾ ਗਿਆ ਨਹੀਂ ਵੀ ਬਾਹਰ ਹੋਈ, ਕਿਉਂਕਿ ਤੁਹਾਡਾ ਨਾਂ ਵੀ ਚੱਲਦਾ ਰਹਿਣਾ ਵੀ ਉਹ ਆਮ ਪਿੰਡਾਂ ਦੇ ਵਿੱਚ ਤੂੰ ਆ ਗਿਆ ਰੌਂਤੇ ਵਾਲਾ ਫੌਜੀ, ਕਿਉਂਕਿ ਇਹ ਨਾਮ ਦੇ ਨਾਲ ਜੁੜਿਆ ਤਾਂ ਬਹੁਤ ਵੱਡੀ ਮਿਹਨਤ ਦੇ ਸਦਕਾ ਨਾ ਜੀ ਲੋਕਾਂ ਦੇ ਵਿੱਚ ਆਉਣਾ, ਇੱਕ ਬੰਦੇ ਦੀ ਮਿਹਨਤ ਦੇ ਦੂਸਰੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਛ ਹੁੰਦਾ ਜੀ। ਬਸ ਬਾਈ ਜੀ ਸਭ ਤੋਂ ਪਹਿਲਾਂ ਤਾਂ ਉਹ ਉੱਪਰਾਲਾ ਹੀ ਆ। ਹਾਂਜੀ, ਮਿਹਨਤ ਤਾਂ ਉਹ ਬਾਕੀ ਲੋਕਾਂ ਦੀਆਂ ਦੁਆਵਾਂ ਹੁੰਦੀਆਂ। ਬਿਲਕੁਲ ਜੀ, ਦੁਆਵਾਂ ਬਹੁਤ ਜ਼ਿਆਦਾ ਹੁੰਦੇ ਆ, ਬਹੁਤ ਦੁਆਵਾਂ ਕਰਦਾ ਤੁਹਾਡੇ ਲਈ। ਹਾਂਜੀ ਹਾਂਜੀ, ਪਿਆਰ ਲੋਕਾਂ ਦਾ, ਲੋਕਾਂ ਦਾ ਪਿਆਰ ਲੈਣਾ ਵੀ ਇੱਕ, ਜਿਵੇਂ ਕਹਿੰਦੇ ਨੇ ਜਿਹੜੇ ਆਪਾਂ ਲੜੀ ਜਾਵਾਂਗੇ ਮੈਦਾਨ ਦੇ ਵਿੱਚ ਫੇਰ ਨਹੀਂ, ਪਿਆਰ ਸਭ ਤੋਂ ਮੇਨ ਚੀਜ਼, ਪਿਆਰ ਨੂੰ ਪਿਆਰ ਮਿਲਦਾ ਜਿਵੇਂ ਸਿਆਣੇ ਕਹਿੰਦੇ ਨੇ। ਔਰ ਤੁਸੀਂ ਉਹ ਗੱਲ ਆਪਣੀ ਫਿਰ ਵਿਚਾਰੀ ਰਹੇਗੀ, ਕੋਈ ਇੱਦਾਂ ਦਾ ਪਲੇਅਰ ਦੱਸ ਦਿਉ ਵੀ ਜਿਹਨੂੰ ਤੁਸੀਂ ਜੱਫਾ ਲਾਇਆ ਹੋਵੇ ਅਤੇ ਉੱਥੇ ਐਂ ਜੇ ਹੋ ਗਿਆ ਵੀ ਲੋਕਾਂ ਦੇ ਵਿੱਚ ਵੀ ਆਹ ਕੀ ਜੇ ਬਣ ਗਿਆ, ਕਿਉਂਕਿ ਕਈ ਥਾਂ 'ਤੇ ਆਪਾਂ ਦੇਖਦੇ ਹਾਂ ਜਦੋਂ ਕਿਸੇ ਸਟਾਰ ਨੂੰ ਜੱਫਾ ਲੱਗ ਜਾਂਦਾ ਅਤੇ ਜੱਫਾ ਲਾਉਣ ਵਾਲਾ ਉਸ ਤੋਂ ਵੱਡਾ ਸਟਾਰ ਬਣ ਕੇ ਉੱਭਰਦਾ ਜੀ। ਬਾਈ ਜੀ ਜੱਫੇ ਤਾਂ ਪਰਮਾਤਮਾ ਦੀ ਮਿਹਰ ਨਾਲ, ਹੁਣ ਤੁਹਾਨੂੰ ਕਿਹਦਾ ਨਾਂ ਲਈਏ, ਕਿਹਦਾ ਸੰਦੀਪ ਲੱਲੀਆਂ ਤੋਂ ਲੈ ਕੇ ਜਿੰਨੇ ਵੀ ਮੇਰੇ ਨਾਲ ਬੰਦੇ ਖੇਲੇ ਆ ਸਾਰੇ ਬਾਈ, ਸਭ ਨਾਲ ਨਹੀਂ ਮੇਰਾ ਮੈਚ ਲੱਗਾ, ਇੱਕ ਤਾਂ ਇੱਕ ਫਿੱਡੂ ਨਾਲ ਨਹੀਂ ਮੈਚ ਲੱਗਾ ਜੀ, ਬਾਕੀ ਸਾਰਿਆਂ ਨਾਲ ਹੀ ਮੈਚ ਲੱਗ ਗਏ, ਟੂ ਜੈਡ ਜਿੰਨੇ ਪਲੇਅਰ ਸੀਗੇ ਪੰਜਾਬ ਦੇ, ਅਤੇ ਜੱਫੇ ਲਾਉਣ ਦਾ ਸਵਾਬ ਪਰਮਾਤਮਾ ਵੱਲੋਂ ਸਾਰਿਆਂ ਨੂੰ ਬਣਿਆ ਜੀ। ਅਤੇ ਤੁਹਾਡੇ ਸਾਥੀ ਖਿਡਾਰੀ ਜਿਹੜੇ ਤੁਹਾਡੇ ਨਾਲ, ਮਤਲਬ ਜਿਹੜੀ ਟੀਮ ਦੇ ਵਿੱਚ ਤੁਸੀਂ ਖੇਡਦੇ ਸੀ ਪਿੰਡ ਦੇ, ਅਤੇ ਉਹਨਾਂ ਬਾਰੇ ਵੀ ਸਾਨੂੰ ਜ਼ਰੂਰ। ਪਿੰਡ ਦੇ ਭਾਅ ਜੀ ਮੇਰੇ ਨਾਲ ਮੀਤਾ ਸੀ ਰੇਡਰ ਜੀ, ਜਿਹੜਾ ਇਕੱਲਾ ਹੀ ਕੌਡੀਆਂ ਪਾਉਂਦਾ ਸੀ। ਹਾਂਜੀ ਹਾਂਜੀ, 20-25 ਦਾ ਟਾਈਮ ਆ ਜਾਂ 15-15 ਦਾ ਟਾਈਮ ਆ, ਅਤੇ ਬਾਕੀ ਮੇਰੇ ਨਾਲ ਸੀਗੇ ਗੇਲ ਸੀਗਾ, ਬੂਟਾ ਸੀ, ਜੂਪਾ ਸੀ ਜੀ, ਕਾਲਾ ਸੀ, ਜਿਹੜਾ ਬੂਟਾ ਹੁਣ ਇਟਲੀ ਸੈੱਟ ਆ ਜੀ ਜੀ, ਅਤੇ ਕਾਲਾ ਕਨੇਡਾ ਚੱਲ ਗਿਆ ਜੀ, ਜੂਪਾ ਘਰ ਆ, ਸਾਰੇ ਗੇਲ ਬਾਈ ਵੀ ਘਰ ਹੀ ਆ ਹੁਣ ਇੱਥੇ, ਮਤਲਬ ਆਪਾਂ ਆਪਣੇ ਕੰਮ ਦੇ ਸਾਰੇ ਸੈੱਟ ਨੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸੁਰਜੀਤ ਸਿੰਘ ਜੀ ਫੌਜੀ ਸਾਹਿਬ ਰੌਂਤਿਆਂ ਵਾਲੇ, ਕਿਉਂਕਿ ਅੱਜ ਕੱਲ੍ਹ ਤਾਂ ਜੇ ਦੇਖੀਏ ਕਈ ਖੇਤਰਾਂ ਦੇ ਵਿੱਚ ਜਿਹੜਾ ਤੁਹਾਡੇ ਪਿੰਡ ਦਾ ਨਾਮ ਹੈ, ਬੇਸ਼ੱਕ ਤੁਸੀਂ ਹੁਣ ਨੀਲੋਵਾਲ ਰਹਿੰਦੇ ਹੋ ਪਰ ਨਾਮ ਹੈ ਜਿਹੜਾ ਤੇਰਾ, ਕਿਤੇ ਨਾ ਕਿਤੇ ਜੇ ਤੁਸੀਂ ਗਰਾਊਂਡਾਂ ਦੇ ਵਿੱਚ ਕੋਈ ਕਮੈਂਟੇਟਰ ਬੋਲਦਾ ਤਾਂ ਉੱਥੇ ਨਾਂ ਜਿਹੜਾ ਚੱਲਦਾ ਵੀ ਆ ਗਿਆ ਵੀ ਰੌਂਤਿਆਂ ਵਾਲਾ ਫੌਜੀ, ਉਹ ਤਾਂ ਹਮੇਸ਼ਾ ਚੱਲਦਾ ਹੀ ਰਹਿਣਾ ਪਰਮਾਤਮਾ ਦੀ ਬਖਸ਼ਿਸ਼ ਕੀਤੀ, ਮਿਹਨਤ ਦੇ ਨਾਲ ਨਾਂ ਦੇ ਨਾਲ ਨਾਂ ਜੁੜਿਆ ਇੱਕ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।